ਭਾਈ ਜੀ ਆਪਾਂ ਦੇਖਦੇ ਆ ਵੀ ਗੇਮਾਂ ਹੁਣ ਜਿਹੜੀਆਂ ਚੱਲਦੀਆਂ ਆਲੂ ਬੁਖਾਰੇ ਵਾਲੀ ਜਾਂ ਪਾਣੀ ਵਾਲੀ, ਤੁਹਾਡਾ ਜਿਹੜਾ ਪਾਣੀ ਉਹ ਕਿੰਨੇ ਕੁ ਰੁਪਈਆਂ ਦਾ ਬਣ ਜਾਂਦਾ? ਸਾਡਾ ਪਾਣੀ ਜਿਵੇਂ ਵੀ ਮਹਿੰਗਾ ਵੀ ਬਣਦਾ ਵਾ, ਕਿੰਨੇ ਵੀ ਲੱਗ ਹੀ ਜਾਂਦਾ, ਯਾਨੀ ਕਿ ਇੱਕ ਕੂਤਰ ਦਾ ਹੋਊਗਾ 350-400 ਦਾ ਪਾਣੀ, ਇੱਕ ਕੂਤਰ ਦਾ ਬਣਦਾ। ਠੀਕ ਆ, ਅਤੇ ਜੇ ਮੰਨ ਲਓ ਵੀ ਇਕੱਠਾ ਬਣਾਉਣਾ ਹੋਵੇ ਆਪਾਂ, ਤੁਹਾਡੇ ਕੋਲ 100 ਕੂਤਰਾਂ ਦਾ ਕਿੰਨੇ ਕੁ ਰੁਪਈਆਂ ਦਾ ਪਾਣੀ ਬਣ ਜਾਂਦਾ ਬਾਈ? ਗਰਮੀ ਬਾਹਲੀ ਦੋਨੇ, ਜੇ ਹੁੰਦਾ ਪਤਾ ਵੀ ਅੱਜ ਤਾਂ ਮੌਸਮ ਸਹੀ ਆ, ਫਿਰ ਅਸੀਂ ਸਸਤੇ ਦੋਨਾਂ ਵਰਤਣ ਦਾ ਕੀ ਹਿਸਾਬ ਕਿਤਾਬ ਵੀ ਕਿਵੇਂ ਪਹਿਲਾਂ ਮਤਲਬ ਲਾ ਲਓ? ਗਰਮੀ ਤੇ ਜਿਹੜੇ ਗਰਮੀ ਨੂੰ ਪੂਰਾ ਤਾਕਤ ਵਾਸਤੇ ਹੁੰਦਾ, ਤਾਕਤ ਵਾਲੀ ਸਮਾਨ ਵੀ ਨਾ ਦੇਗਾ, ਦੋਨੇ ਪਾਣੀ ਵੀ ਲਾ, ਹਾਂ ਦੋਨੇ ਫਿਰ ਤਾਕਤ ਵਾਲੀ ਚੀਜ਼ ਨਿੰਨੇ ਫਿਰ ਦੋਨੇ ਦੇ ਦੀਦੀ ਆ। ਠੀਕ ਹੈ, ਨਹੀਂ ਫਿਰ ਮਾੜਾ ਦੂਜਾ ਬਸ ਘੱਟ ਕਰ ਲਈਦਾ। ਠੀਕ ਹੈ, ਅਤੇ ਇੱਕ ਆਪਾਂ ਕਹਿੰਦੇ ਹਾਂ ਬਈ ਆਲੂ ਬੁਖਾਰੇ ਦੀ ਗੇਮ ਜਿਹੜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਆ, ਅਤੇ ਕਦੇ ਆਲੂ ਬੁਖਾਰੇ ਵਾਲੀ ਗੇਮ ਵੀ ਖੇਡੀ ਹੈ? ਯਾਰ ਇਹ ਤਾਂ ਭੇਡ ਚੱਲਦਾ ਵਾ, ਆਲੂ ਬੁਖਾਰਾ ਦੇ ਫਲਾਣੇ ਦੁਨੀਆ ਦੇਈ ਜਾਂਦੇ, ਕਿਸੇ ਨੂੰ ਪਤਾ ਨਹੀਂ ਕਾਹਦੇ ਵਾਸਤੇ ਬਣਦਾ ਆਲੂ ਬੁਖਾਰਾ, ਕਾਲੂ ਬੁਖਾਰਾ ਕੀ ਕਰ ਤੂੰ ਇਹ ਦੁਨੀਆ ਹੀ ਦਿੰਦੀ ਹੈ, ਇੱਕ ਦੂਜੇ ਦੇ ਆਪਾਂ ਮਗਰ ਪਏ ਹੋਏ ਆਲੂ ਬੁਖਾਰਾ, ਆਲੂ ਬੁਖਾਰਾ ਕਿਤੇ ਬਾਈ ਤੂੰ ਲੈਂਦਾ, ਉਹ ਜਿਹੜੀਆਂ ਹੋਰ ਕੰਮਾਂ ਹੋਰ ਕੰਮ ਅਗਲਾ ਕਹਿੰਦਾ ਉੱਧਰ ਤਾਂ ਹੁੰਦੇ ਹੀ ਨਹੀਂ ਗੇ, ਇਕੱਲੇ ਇੱਕ ਆਹ ਆਲੂ ਬੁਖਾਰਾ ਲਿਆ ਕੇ ਰੱਖ ਲੈਂਦੇ ਆ, ਆਲੂ ਬੁਖਾਰਾ ਦੇ ਦੋ ਵਜੇ ਦੇ ਦੋ, ਉਹ ਖੱਟਾ ਆਉਂਦਾ ਪੇਟੀਆਂ ਰੋਕ ਦਿੰਦਾ ਵਾ, ਅਤੇ ਪੇਟੀ ਦਾ ਖੱਟੇ ਨੂੰ ਉਹ ਰੁਕ ਜਾਂਦੇ ਕਬੂਤਰ ਦੀ, ਉਹ ਪੇਟੀ ਰੋਕੀ ਹਾਜ਼ਮ ਨਹੀਂ ਆਉਂਦਾ, ਬਹਿ ਜਾਂਦੇ ਕਬੂਤਰ ਪਾਣੀ ਰੋਕ ਕੇ ਬਹਿ ਜਾਂਦੇ। ਅਸੀਂ ਪਹਿਲਾਂ ਪੰਗਾ ਅਸੀਂ ਵੀ ਲਿਆ ਨਾ, ਸਾਡੇ ਸਾਰੇ ਬਹਿ ਗਏ ਕਬੂਤਰ, ਵਿੱਚੋਂ ਕਰਕੇ ਅਸੀਂ ਲਾ ਕੇ ਦੇਖੀ ਨਾਲ, ਸਾਡੇ ਸੈੱਟ ਨਹੀਂ ਬੈਠਾ ਆਲੂ ਬੁਖਾਰਾ। ਕਿੰਨੇ ਕੁ ਰੁਪਈਏ ਹਰ ਗਿਆ ਆਲੂ ਬੁਖਾਰਾ? ਅਸੀਂ ਬਾਈ ਮੈਂ 1 ਸਾਲ ਦੇ ਵਿੱਚ 3 ਛੱਡੇ ਅਤੇ 3 ਕੂਤਰਾਂ ਦੇ ਲਾਇਆ, 1 ਸਾਲ ਦੇ ਵਿੱਚ 3-6 ਹਰੇ ਕੂਤਰ, ਉਸ ਤੋਂ ਬਾਅਦ ਅਸੀਂ ਘਰੇ ਨਹੀਂ ਵੜ ਦਿੱਤਾ। ਠੀਕ ਆ, ਅਤੇ ਬਾਈ ਮੇਰੀ 1-2 ਬੰਦਿਆਂ ਨਾਲ ਗੱਲ ਹੋਈ, ਅਤੇ ਆਪਣੇ ਮਿੱਤਰ ਵੀ ਜੀ, ਮੈਂ ਉਹਨਾਂ ਨੂੰ ਪੁੱਛਣ ਲੱਗ ਗਿਆ, ਮੈਂ ਤੁਸੀਂ ਸਰਦੀ ਸਰਦੀ ਕਰਕੇ ਉਹਨੇ ਸ਼ਾਮ ਪਾ ਕੇ ਇੱਕ ਬੰਦਾ ਦੱਸੋ ਕੀ ਦਿੱਤਾ, ਉਹਨਾਂ ਨੇ ਬਾਈ ਕੱਢ ਕੇ ਮੇਰੇ ਹੱਥ 'ਤੇ ਆਲੂ ਬੁਖਾਰਾ ਇੱਕ ਰੱਖਤਾ, ਮੈਨੂੰ ਕਰਿਆ ਦਿੱਤਾ 50,000 ਰੁਪਈਏ ਦੇ ਵਿੱਚ। ਬੱਚੇ ਇਹੋ ਜਿਹੇ ਉਸਤਾਦ ਜਿਹਨੇ ਇਕੱਲੇ ਆਲੂ ਬੁਖਾਰੇ ਫੜਾਈ ਜਾਂਦੇ ਬਾਈ, ਉਹਨਾਂ ਨੂੰ ਉਹ ਵਿਚਾਰੇ ਨੇ ਬਾਜੀ ਵੀ ਨਹੀਂ ਜਿੱਤੀ, ਉਹ ਐਤਕੀ ਹੁਣ ਮੁੰਡੇ ਕਹਿੰਦੇ ਯਾਰ ਹੋਰ ਬੰਦੇ ਦੇ ਵੀ ਆਪਾਂ ਮਾੜਾ ਚੰਗਾ ਇਹਨੂੰ ਪਤਾ ਨਹੀਂ ਕਹਿਣਾ ਵੀ ਹੋਰ ਕਿਸੇ ਬੰਦੇ ਦੇ ਲੜ ਲੱਗਦੇ ਆ ਜਿਹੜਾ ਕਰਦੇ ਆ। ਅਤੇ ਬਾਈ ਜੀ ਤੁਹਾਨੂੰ ਆਲੂ ਬੁਖਾਰੇ ਦਾ ਕੋਈ ਪਤਾ ਵੀ ਹੈ ਜਾਂ ਕਿਸੇ ਨੂੰ ਮਾੜੀ ਮੋਟੀ ਗੱਲਬਾਤ ਪਤਾ ਹੋਵੇ ਵੀ ਆਲੂ ਬੁਖਾਰਾ ਕਿਹੜੇ ਟਾਈਮ 'ਤੇ ਲੱਗਦਾ ਜਾਂ ਕਾਹਦੀ ਖਾਤਰ ਹੁੰਦਾ? ਨਹੀਂ ਬਾਈ ਆਪਾਂ ਇਹਨੇ ਕਿਸੇ ਨੂੰ ਰਾਏ ਦੇ ਦਈਏ ਗਲਤ ਹੈ ਨਾ, ਅਗਲਾ ਕੱਲ੍ਹ ਨੂੰ ਉਹਨਾਂ ਨੇ ਗਾਲਾਂ ਕੱਢਣਾ, ਭੈਣ ਚੋਦ ਨੇ ਕਿਹਾ ਸੀ ਬੈਠੇ ਨੇ ਵੀ ਉਸ ਦਿਨ ਆਪਾਂ ਨੂੰ ਚੀਜ਼ ਬਾਰੇ ਪਤਾ ਹੀ ਨਾ, ਕੋਈ ਗੱਲ ਹੀ ਨਹੀਂ ਕਰਦੀ। ਠੀਕ ਹੈ ਨਾ, ਜਿਹੜੀ ਚੀਜ਼ ਬਾਈ ਇਹ ਹੁੰਦਾ ਕਾਹਦੀ ਖਾਤਰ ਆਲੂ ਬੁਖਾਰਾ ਕਾਹਦਾ? ਆਲੂ ਬੁਖਾਰਾ ਜਿਹੜਾ ਹੁੰਦਾ ਇਹ ਤਾਂ ਵਿਟਾਮਿਨ ਹੁੰਦੇ ਆ, ਵਿਟਾਮਿਨਾਂ ਵਾਸਤੇ ਹੁੰਦਾ। ਠੀਕ ਹੈ, ਵਿਟਾਮਿਨ ਦਾ ਅਰਥ ਜਿਵੇਂ ਆਪਾਂ ਕਹਿੰਦੇ ਕੌਫੀ ਪੀ ਲਈ, ਕੌਫੀ ਵਾਲਾ ਕੰਮ ਕਰ ਹੁੰਦਾ ਇਹ। ਠੀਕ ਹੈ, ਜਿਹੜੀ ਕਿ ਘਾਟ ਵੱਧ ਪੂਰੀ ਕਰਕੇ ਜਿਵੇਂ ਆਪਾਂ ਤਾਂ ਹੀ ਬਾਈ ਪੇਟੀ ਜਦੋਂ ਬਦਾਮ ਦੇ ਦਿੰਦੇ ਹਾਂ ਉਦੋਂ ਪੇਟੀ ਰੋਕ ਦਿੰਦਾ ਪੂਰੀ ਕਰ ਦਿੰਦਾ, ਜਿਹੜਾ ਵੱਧ ਜਾਣ ਵਾਲਾ ਜਾਂ ਜਿਹੜਾ ਵੱਧ ਡਾਲਾ ਕਬੂਤਰ ਹੁੰਦਾ ਉਹ ਤੇ ਵੱਧ ਕੰਮ ਤਾਂ ਹੀ ਕਰ ਜਾਂਦਾ ਬਾਈ ਵਿੱਚ। ਹਾਂ, ਵਿੱਚੋਂ ਕਈ ਬੰਦੇ ਕਹਿੰਦੇ ਆ ਜਿਹੜਾ ਦਿੱਤਾ ਅਸੀਂ ਅਸੀਂ ਪਰ ਅਸੀਂ ਨਹੀਂ ਇਹ ਗੱਲਾਂ, ਸਾਡਾ ਆਪਣੇ ਨੇ ਫਿੱਟ ਹੈ ਕੰਮ। ਠੀਕ ਹੈ, ਯਾਨੀ ਕਿ ਤੁਸੀਂ ਨਹੀਂ ਰੋਕਦੇ ਨਾ ਮੂਰ ਦੇ ਵੀ ਨਾ ਆਪਾਂ ਲਈਏ। ਠੀਕ ਹੈ ਜੀ, ਅਤੇ ਬਾਈ ਜੀ ਜਦੋਂ ਪਹਿਲਾਂ ਬਾਜੇ ਛੱਡਦੇ ਸੀ ਗਰਮੀ ਉਦੋਂ ਵੱਧ ਪੈਂਦੀ ਸੀ ਜਾਂ ਗਰਮੀ ਹੁਣ ਵੱਧ ਪੈਂਦੀ? ਗਰਮੀ ਤਾਂ ਯਾਰ ਤੈਨੂੰ ਦੱਸਦਾ ਵੀ ਪਹਿਲਾਂ ਤਾਂ ਲੜੀਆਂ ਲੂਆਂ ਵਗਦੀਆਂ ਹੁੰਦੀਆਂ ਸੀ ਨਾ, ਲੋ ਤਾਂ ਹੁਣ ਥੋੜ੍ਹੀ ਕੋਈ ਚੱਲਦੇ, ਥੋੜ੍ਹੇ ਦਿਨ ਹੀ ਚੱਲਦੇ ਆ, ਅੱਗੇ ਚੱਲਦੀ 2-2 ਮਹੀਨੇ ਵੀ 2-2 ਮਹੀਨੇ ਚੱਲਦੀ ਸੀ। ਕਿਹੜਾ ਮੈਂ ਦੱਸਦਾ ਵੀ ਬਾਜੀ ਛੱਡੀ ਇੱਦਾਂ ਕੰਡਿਆਲ ਬਾਜੀ ਛੱਡੀ ਅਤੇ ਮੈਂ ਇੱਥੋਂ 11 ਵਜੇ ਤੁਰ ਪਿਆ ਕਰੂੰ, ਮੈਂ ਕਿਹਾ ਬਾਜੀ ਦੇਖ ਕੇ ਆਉਂਦੇ, ਮੈਂ ਰਾਹ 'ਚ ਮੁੜਿਆ ਇੰਨੀ ਲੋਕ ਟੁੱਟੀ ਸੀ ਮੋਟਰਸਾਈਕਲ 'ਤੇ, ਮੈਂ ਰਾਹ 'ਚ ਹੋ ਗਿਆ, ਮੈਂ ਕਿਹਾ ਛੱਡ ਯਾਰ ਭੈਣ ਦੇ ਹੁੰਦਾ ਕਰਕੇ, ਮੈਂ ਫੂਕ ਫਸਲੀ ਇੰਨੀ ਟੁੱਟੀ ਹੋ ਗਈ, ਮੈਂ ਬਾਜੀ ਤੋਂ ਮੁੜਿਆ ਪਿੱਛੇ, ਮੈਂ ਰਾਹ ਜੀ ਪਿੰਡ ਦੇ ਬਾਹਰ ਨਿਕਲ ਕੇ ਮੁੜਿਆ ਨਾ, ਇੰਨੀ ਗਰਮੀ ਸੀਗੀ। ਬਾਜੀਆਂ ਬਾਈ 12 ਵਜੇ 12-1 12:30 ਵਜੇ ਬਾਜੀ ਵੀ ਨਿਬੜੀ ਦੇਖੀ ਹੈ ਮੈਂ, ਫਿਰ ਇੱਥੇ ਰੂੜੇ ਨੇ ਇਹਦੇ ਸਾਡੇ ਪਿੰਡ ਕੁੱਕੀ ਨੇ ਕਬੂਤਰ ਛੱਡੇ ਸੱਜਾ, ਅਤੇ ਤੀਜਾ ਹਰਿਆ ਬਣੂੰਦੀ ਵਾਲੇ ਪੱਪੇ ਦਾ 12 ਵਜੇ 11:30 ਵਜੇ 12:45 ਵਜੇ ਦੋਨੇ ਨੇ ਰੂੜੇ ਇਹਨਾਂ ਨੇ ਬਾਜੀ ਬੰਦੀ ਕਰ, ਕਿਸੇ ਨੇ ਇੱਕ ਨਹੀਂ ਕੀਤਾ, ਇਹਨਾਂ ਨੇ 12 ਪੂਰੇ ਨਹੀਂ ਕੀਤੇ, ਦੋਨੇ ਡਿੱਗ ਪਏ, ਇੰਨੀ ਗਰਮੀ ਹੁੰਦੀ। ਹੁਣ ਬਾਈ ਜੀ ਜਿਹੜੀ ਮੌਸਮ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਹਿਲ ਵਾਲੀ ਹੋ ਗਈ, ਕੀ ਕਾਰਨ ਹੋ ਸਕਦੇ ਲੋ? ਅੱਗੇ ਬਾਈ ਆਹ ਨਹੀਂ ਹੁੰਦੇ ਸੀ, ਸੂਰਜਮੁਖੀ ਨਹੀਂ ਹੁੰਦੇ ਸੀ, ਪੂਦਨੇ ਨਹੀਂ ਸੀ ਹੁੰਦੇ ਲੱਗੇ, ਪੁਦੀਨੇ ਨਹੀਂ ਹੁੰਦੇ ਸੀਗੇ, ਮੂੰਗੀਆਂ ਹੁਣ ਲੋਕਾਂ ਨੇ ਦੇਖ ਲਈ, ਤੂੰ ਆਹ ਲਾਦਾ ਕਿ ਰੇਤਾ ਹੁੰਦਾ ਸੀ ਬਾਹਲਾ ਜ਼ਿਆਦਾ, ਅਤੇ ਜਿੱਥੋਂ ਹੁਣ ਮੱਕੀ ਲਾ ਆਉਂਦੇ ਆ ਪਿੰਡ ਦੇ ਪਾਸੇ ਮੱਕੀ ਆ, ਚਲੋ ਉੱਥੇ ਬਾਜੀ ਘੰਟਾ ਵੱਧ ਉੱਡ ਜਾਂਦੀ ਆ, ਮੱਕੀ ਤੋਂ 4 ਬੁੱਲੇ ਵੱਜ ਗਏ ਹਵਾ ਦੇ, ਉਹ ਤੋਂ ਕਬੂਤਰ ਨੂੰ ਸਾਹ ਮਿਲ ਜਾਂਦਾ, ਹਾਂ ਅਤੇ ਅੱਗੇ ਜੇ ਪੁਦੀਨਾ ਨਾਲ ਪਿੰਡ ਦੇ ਆ ਤਾਂ ਫਰਕ ਪੈ ਜਾਂਦਾ, ਉਹ ਪਿੰਡ ਦੇ ਇਹ ਪਿੰਡ ਵੀ ਗਿਰਤਾਰ ਉੱਧਰ ਪਹਿਲਾਂ ਹੋਈ ਇੱਧਰ ਘੱਟ ਹੋਈ,
ਗਰਮੀ ਦੀਆਂ ਵੀ ਲਹਿਰਾਂ ਹੁੰਦੀਆਂ ਵੀ ਕਿਸੇ ਪਾਸੇ ਦੀ ਵੱਧ ਪੈ ਜਾਂਦੀਆਂ ਆਪਾਂ ਕਹਿੰਦਾ ਫਲਾਨੇ ਪਾਣ ਡਿਵਾਈਡ ਹੈ ਬੜੇ ਨਿਬੜ ਗਈ ਫਲਾਨੇ ਪਏ ਗਰਮੀ ਦਾ ਹਿਸਾਬ ਤਾਂ ਹੁੰਦਾ ਵਾ ਵੀ ਕਈ ਹਿਸਾਬ ਦਾ ਘੱਟ ਹੁੰਦੀ ਕਈ ਹਿਸਾਬ ਦੀ ਗਰਮੀ ਦਾ ਹੁਣ ਯਾਰ ਮੈਨੂੰ ਐਂ ਲੱਗਦਾ ਵੀ ਸਾਡੇ ਏਰੀਏ 'ਚ ਵੱਧ ਪੈਂਦੀ ਆ ਜਿਹੜੇ ਹਿਸਾਬ ਨਾਲ ਬਾਜੀਆਂ ਨਿਬੜਦੀਆਂ ਵਾ ਅਤੇ ਵੀ ਜਾਂ ਠਾੜ ਨੂੰ ਅੱਗੇ ਕਹਿੰਦੇ ਠਾੜ 'ਚ ਵੱਧ ਪੈਂਦੀ ਆ ਠਾੜ 'ਚ ਵੀ ਗਰਮੀ ਬਹੁਤ ਪੈਂਦੀ ਆ ਤੁਹਾਡੇ ਬੰਨੇ ਬਾਈ ਜਿਹੜੇ ਪਿੰਡ ਆ ਛੋਟੇ ਆ ਜਾਂ ਵੱਡੇ ਪਿੰਡ ਸਾਡੇ ਤਾਂ ਨਾਲ ਨਾਲ ਫਾੜਿਆ ਅਬਦਰ ਤਾਂ ਬਾਈ ਮੈਂ ਇੱਕ ਨਤੀਜਾ ਹੋਰ ਕੱਢਿਆ ਤੁਹਾਡੇ ਨਾਲ ਵਾਲੀ ਗੱਲ ਵੀ ਜਿਹੜਾ ਤੁਹਾਡੇ ਬੰਨੀ ਛੇਤੀ ਬਾਜੀ ਨਿਬੜਨਾ